ਲਗਭਗ 1,144 ਕਰੋੜ ਰੁਪਏ ਦੇ ਕਥਿਤ ਘੁਟਾਲੇ ਵਾਲੇ ਲੁਧਿਆਣਾ ਸਿਟੀ ਸੈਂਟਰ ਮਾਮਲੇ ਦੇ ਵਿੱਚ ਆਏ ਫੈਸਲੇ 'ਚ ਕੈਪਟਨ ਅਮਰਿੰਦਰ ਸਿੰਘ ਸਣੇ ਸਾਰੇ ਮੁਲਜ਼ਮ ਬਰੀ ਹੋ ਗਏ ਹਨ। ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਦੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਅਦਾਲਤ ਤੋਂ ਬਾਹਰ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 13 ਸਾਲ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਉਹਨਾਂ ਦੀਆਂ ਦਲੀਲਾਂ ਨੂੰ ਮੰਨ ਲਿਆ ਤੇ ਉਹਨਾਂ ਨੂੰ ਇਹਨਾਂ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਜੋ ਸਾਡੀ ਪੁਲਿਸ ਸੀ ਇਟ ਵਾਸ ਬੀਨ ਐਕਸੈਪਟ, ਜੋ ਅਸੀਂ ਪਲੀ ਕੀਤੀ ਸੀ ਉਹ ਸਾਡੀ ਐਕਸੈਪਟ ਕਰ ਗਈ। ਅਸੀਂ ਇਸ ਕੇਸ ਜੋ ਸਾਡੇ ਤੇ ਚਾਰਜਸ ਸੀ ਉਹ ਰਿਜੈਕਟ ਹੋ ਗਏ ਨੇ। ਸਾਰੇ ਹੀ ਸਾਡੇ ਜਿਹੜੇ ਚਾਰ ਤਾਂ ਵਿਚਾਰੇ ਰਹੇ ਨੀ ਇਸ ਦੁਨੀਆਂ 'ਚ, ਜਿਹੜੇ ਦੁਨੀਆਂ ਦੇ ਵਿੱਚ ਰਹੇ ਨੇ ਉਹ ਸਾਰੇ ਬਰੀ ਹੋ ਗਏ। ਇਸ ਮਾਮਲੇ ਦੇ ਵਿੱਚ ਵਕੀਲ ਰਜਨੀਸ਼ ਲਖਨਪਾਲ ਨੇ ਦੱਸਿਆ ਕਿ ਇਸ ਮਾਮਲੇ 'ਚ 36 ਮੁਲਜ਼ਮ ਸਨ ਅਤੇ 5 ਦੀ ਮੌਤ ਹੋ ਚੁੱਕੀ ਹੈ। ਵਿਜੀਲੈਂਸ ਦੀ ਕਲੋਜ਼ਰ ਰਿਪੋਰਟ ਨੂੰ ਮਾਨਤਾ ਦਿੰਦੇ ਹੋਏ ਅਦਾਲਤ ਨੇ 31 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਇਲਜ਼ਾਮ ਸਨ ਕਿ ਉਹਨਾਂ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਅਫਸਰਾਂ ਤੇ ਹੋਰਾਂ ਨਾਲ ਮਿਲ ਕੇ MS ਟੁਰੇ ਹੋਮਸ ਦਾ ਪੱਖ ਲਿਆ ਅਤੇ ਟੈਂਡਰਾਂ ਨਾਲ ਛੇੜਛਾੜ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਕੰਪਨੀ ਨੂੰ ਟੈਂਡਰ ਦਿਵਾਏ। ਇਸ ਘੁਟਾਲੇ ਨਾਲ ਸਰਕਾਰੀ ਖਜ਼ਾਨੇ ਨੂੰ 1,144 ਕਰੋੜ ਰੁਪਏ ਦਾ ਨੁਕਸਾਨ ਪਹੁੰਚਿਆ। ਲੁਧਿਆਣਾ ਸਿਟੀ ਸੈਂਟਰ ਪ੍ਰੋਜੈਕਟ 25 ਏਕੜ ਰਕਬੇ ਦੇ ਵਿੱਚ ਉਸਾਰਿਆ ਜਾਣਾ ਸੀ। ਇਸ ਵਿੱਚ ਲੁਧਿਆਣਾ ਇੰਪਰੂਵਮੈਂਟ ਟਰੱਸਟ ਵੱਲੋਂ ਕੁਝ ਸ਼ਾਪਿੰਗ ਮਾਲ ਅਤੇ ਰਿਹਾਇਸ਼ੀ ਫਲੈਟ ਉਸਾਰੇ ਜਾਣੇ ਸਨ। ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਆ ਗਿਆ ਅਤੇ ਜਿਸ ਕਾਰਨ ਕੋਈ ਕੰਮ ਸ਼ੁਰੂ ਨਹੀਂ ਹੋ ਸਕਿਆ। ਸਿਟੀ ਸੈਂਟਰ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੇਲੇ ਸਾਹਮਣੇ ਆਇਆ ਸੀ। ਵਿਜੀਲੈਂਸ ਬਿਊਰੋ ਨੇ FIR ਅਕਾਲੀ ਭਾਜਪਾ ਸਰਕਾਰ ਦੌਰਾਨ 23 ਮਾਰਚ 2007 ਨੂੰ ਦਰਜ ਕੀਤੀ। FIR ਵਿਜੀਲੈਂਸ ਬਿਊਰੋ ਦੇ ਤਤਕਾਲੀ ਨਿਰਦੇਸ਼ਕ ਸੁਮੇਧ ਸਿੰਘ ਸੈਣੀ ਦੇ ਹੁਕਮਾਂ ਦੇ ਨਾਲ ਦਰਜ ਕੀਤੀ ਗਈ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ 3 ਦਿਨ ਪਹਿਲਾਂ 11 ਮਾਰਚ ਨੂੰ ਇੱਕ ਮੁਲਜ਼ਮ ਚੇਤਨ ਗੁਪਤਾ ਨੇ ਅਰਜ਼ੀ ਰਾਹੀਂ ਮਾਮਲੇ ਦੇ ਵਿੱਚ ਮੁੜ ਜਾਂਚ ਦੀ ਮੰਗ ਕੀਤੀ। ਵਿਜੀਲੈਂਸ ਬਿਊਰੋ ਨੇ ਮਾਮਲੇ ਦੀ ਮੁੜ ਜਾਂਚ ਕੀਤੀ ਤੇ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਧਾਰਾ 173(8) ਤਹਿਤ 5 ਮਹੀਨਿਆਂ ਦੇ ਅੰਦਰ ਹੀ ਲੁਧਿਆਣਾ ਦੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿੱਚ 19 ਅਗਸਤ 2019 ਨੂੰ ਇੱਕ ਕਲੋਜ਼ਰ ਰਿਪੋਰਟ ਸੌਂਪ ਦਿੱਤੀ। ਰਿਪੋਰਟ ਦੇ ਵਿੱਚ ਸਾਰੇ ਮੁਲਜ਼ਮਾਂ ਨੂੰ ਕਲੀਨ ਚਿੱਟ ਦਿੱਤੀ ਤੇ ਕਿਹਾ ਕਿ ਅਜਿਹਾ ਕੋਈ ਘੁਟਾਲਾ ਨਹੀਂ ਹੋਇਆ, ਜਿਸ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਜਿਹੜੇ ਵੀ ਡਾਕੂਮੈਂਟਸ ਇਹਨਾਂ ਨੇ ਲਗਾਏ ਗਏ ਸੀ ਪਹਿਲੀ ਇਨਵੈਸਟੀਗੇਸ਼ਨ 'ਚ, ਉਹਨਾਂ ਦੀ ਇੰਟਰਪ੍ਰੀਟੇਸ਼ਨ ਗਲਤ ਕੱਢੀ ਗਈ ਸੀ। ਅਸੀਂ ਵੀ ਜਿਹੜਾ ਆਰਗੂ ਕੀਤਾ ਔਨ ਦੀ ਬੇਸਿਸ ਆਫ ਪੁਰਾਣੇ ਹੀ ਡਾਕੂਮੈਂਟ ਜਿਹੜੇ ਲਾਏ ਸੀ ਉਹਨਾਂ ਦੇ ਬੇਸਤੀ ਕੀਤਾ ਸੀ। ਅੱਜ 30 ਅਕਿਊਜ਼ ਪੇਸ਼ ਹੋਏ ਸੀ, ਟੋਟਲ 31 ਹੈ ਅਤੇ ਜਿਹੜੇ ਅਦਰਵਾਈਜ਼ ਟੋਟਲ ਸੀ 36 ਸੀਗੇ, ਜਿਨ੍ਹਾਂ ਦੇ ਵਿੱਚੋਂ 5 ਦੀ ਡੈਥ ਹੋ ਚੁੱਕੀ ਹੈ ਅਤੇ 31 ਜਿਹੜੇ ਰਿਮੇਨਿੰਗ ਸੀਗੇ ਉਹ ਸਾਰਿਆਂ ਨੂੰ ਡਿਸਚਾਰਜ ਕੀਤਾ ਗਿਆ। ਪੋਲੀਟੀਕਲ ਬੰਦੇ ਕਿਹੜੇ ਕਿਹੜੇ ਸੀ ਜਿਹੜੇ ਅੱਜ ਵੀ ਅਫਾਹ ਹੋਏ? ਮੈਨੂੰ ਪੋਲੀਟੀਕਲ ਬੰਦਿਆਂ ਦਾ ਕੋਈ ਸਰੋਕਾਰ ਨਹੀਂ ਹੈ, ਮੇਰੇ ਵਾਸਤੇ ਸਾਰੇ ਇੱਕੋ ਜਿਹੇ ਸੀਗੇ। ਅਤੇ ਕੈਪਟਨ ਸਾਹਿਬ ਵੀ ਪਹੁੰਚੇ ਸੀ ਆਪਣੇ? ਹਾਂਜੀ, ਕੈਪਟਨ ਸਾਹਿਬ ਆਏ ਸੀ। ਉਹ ਵੀ ਰਿਹਾ ਹੋ ਗਏ? ਸਾਰੇ ਰਿਹਾ ਹੋ ਗਏ ਜੀ, ਕੋਈ ਵੀ ਅਕਿਊਜ਼ ਜਿਹੜਾ ਹੈ ਉਹ ਚਾਰਜਸ਼ੀਟ ਨਹੀਂ ਕੀਤਾ ਗਿਆ ਕੋਰਟ ਮੰਨਿਓ ਤੇ ਸਾਰੇ ਦੇ ਸਾਰੇ ਡਿਸਚਾਰਜ ਹੋਏ। ਪੂਰੀ ਤਰ੍ਹਾਂ ਕਲੋਜ਼ ਹੋਇਆ ਜੀ। ਬਿਊਰੋ ਰਿਪੋਰਟ, ਅਜੀਤ ਵੈਬ ਟੀਵੀ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।